ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆਂ ਵਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆਂ ਵਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਵਾਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਇਸ ਦਿਨ ਪਿਤਾ ਜੀ ਨੂੰ ਦਿੱਲੀ ਕੱਲਿਆ ਦੁਖੀਆਂ ਦਾ ਦਰਦ ਗਿਆ ਨਾ ਚੱਲਿਆ ਇਸ ਦਿਨ ਪਿਤਾ ਜੀ ਨੂੰ ਦਿੱਲੀ ਕੱਲਿਆ ਦੁਖੀਆਂ ਦਾ ਦਰਦ ਗਿਆ ਨਾ ਚੱਲਿਆ ਉਮਰ ਨਿਆਣੀ ਵਿੱਚ ਪਿਤਾ ਵਾਰ ਕੇ ਉਮਰ ਨਿਆਣੀ ਵਿੱਚ ਪਿਤਾ ਵਾਰ ਕੇ ਉਮਰ ਨਿਆਣੀ ਵਿੱਚ ਪਿਤਾ ਵਾਰ ਕੇ ਹਿੰਦ ਨੂੰ ਬਚਾਇਆ ਲਾ ਕੇ ਬਾਹਰ ਦੇਸ਼ ਤੋਂ ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆਂ ਵਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆਂ ਵਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਦੋ ਚਮਕੌਰ ਵਿੱਚ ਸੁਰਹੰਦ ਤੇ ਜਿਹੜੇ ਤੇਰੇ ਨਾਲ ਵਿੱਚ ਖੂਨੀ ਕੰਧ ਤੇ ਦੋ ਚਮਕੌਰ ਵਿੱਚ ਸੁਰਹੰਦ ਤੇ ਜਿਹੜੇ ਤੇਰੇ ਨਾਲ ਵਿੱਚ ਖੂਨੀ ਕੰਧ ਕਿਹੜਾ ਦੁੱਖ ਪੁੱਤਾਂ ਦੇ ਸਹਾਰ ਸਕਦਾ ਕਿਹੜਾ ਦੁੱਖ ਪੁੱਤਾਂ ਦੇ ਸਹਾਰ ਸਕਦਾ ਕਿਹੜਾ ਦੁੱਖ ਪੁੱਤਾਂ ਦੇ ਸਹਾਰ ਸਕਦਾ ਮਾਰ ਕੇ ਪੁੱਤਾਂ ਨੂੰ ਲਾਤਾ ਭਾਰ ਦੇਸ਼ ਤੋਂ ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆਂ ਵਾਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆਂ ਵਾਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਇਹੋ ਜਿਹੀ ਕਿਤੋਂ ਨਾ ਮਿਸਾਲ ਲੱਭਣੀ ਇਹੋ ਜਿਹੀ ਕਿਤੋਂ ਨਾ ਮਿਸਾਲ ਲੱਭਣੀ ਇਹੋ ਜਿਹੀ ਕਿਤੋਂ ਨਾ ਮਿਸਾਲ ਲੱਭਣੀ ਜਿੱਤਾ ਪੂਰਾ ਕਰ ਜਾ ਉਤਾਰ ਦੇਸ਼ ਤੋਂ ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆਂ ਵਾਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆਂ ਵਾਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਵਾਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਵਾਰ ਦਿੱਤਾ ਸਾਰਾ ਪਰਿਵਾਰ ਦੇਸ਼ ਤੋਂ ਹੋ ਹੋ ਵਾਹਿਗੁਰੂ ਹਾਜ਼ਰਾ ਹਜ਼ੂਰ ਸਰਬ ਕਲਾਂ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਛਤਰ ਛਾਇਆ ਵਿੱਚ ਬੈਠ ਕਰਕੇ ਆਪ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ। ਅੱਜ ਨੌਵੇਂ ਦਿਨ ਦੇ ਰਾਤਰੀ ਦੇ ਦੀਵਾਨ ਨੇ ਹਾਜ਼ਰੀਆਂ ਭਰ ਰਹੇ ਹੋ ਗੁਰੂ ਚਰਨਾਂ ਦੇ ਵਿੱਚ। ਦਾਸ ਨੂੰ ਕੇਵਲ 15 ਮਿੰਟ ਦਾ ਸਮਾਂ ਮਿਲਿਆ, ਇੱਕ ਬੰਦਨਾ ਲੱਗੀ ਤੇ ਇੱਕ ਛੰਦ ਹੋਰ ਲਾ ਕੇ ਆਪ ਜੀ ਤੋਂ ਆਗਿਆ ਲੈਣੀ ਹੈ। ਜੇ ਇਤਿਹਾਸ ਦੇ ਪੰਨਿਆਂ ਨੂੰ ਫਲੋਰਿਆ ਜਾਵੇ ਤੇ ਸਮਾਂ ਬੜਾ ਚਾਹੀਦਾ, ਪਰ ਖਾਲਸਾ ਜੀ ਸਮੇਂ ਦੇ ਵਿੱਚ ਰਹਿ ਕੇ ਜਿਹੜਾ ਜਥਾ ਆਪਣੀ ਡਿਊਟੀ ਨੂੰ ਨਿਭਾ ਜਾਂਦਾ ਉਹ ਕਦੇ ਜ਼ਿੰਦਗੀ ਵਿੱਚ ਡੋਲਦਾ ਨਹੀਂ, ਯਾਦ ਰੱਖਿਆ ਜੇ। ਔਰ ਖਾਲਸਾ ਜੀ ਕੁਝ ਕਹਿਣ ਤੋਂ ਪਹਿਲਾਂ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਬੁਲਾਈਏ, ਰਸਨਾਂ ਨੂੰ ਕਰੀਏ ਪਵਿੱਤਰ, ਦੋਵੇਂ ਹੱਥ ਜੋੜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਖਾਲਸਾ ਜੀ
ਪ੍ਰਸੰਗ ਤਾਂ ਵਿਚਾਰ ਬਣੀ ਸੀ ਪ੍ਰਸੰਗ ਕਹਿਣ ਦੀ, ਪਰ ਸਮਾਂ ਥੋੜਾ। ਕਲਗੀਧਰ ਪਾਤਸ਼ਾਹ ਮਹਾਰਾਜ ਨੇ 1701 ਦੇ ਵਿੱਚ ਇੱਕ ਜੰਗ ਲੜੀ ਹੈ ਜਿਹਨੂੰ ਆਪ ਚੰਗੀ ਤਰ੍ਹਾਂ ਸਾਰੇ ਜਾਣਦੇ ਹੋ। ਪ੍ਰਚਾਰਕਾਂ ਨੇ ਵੱਖਰੋ ਵੱਖ ਉਸ ਦਲੀਲ ਨੂੰ ਸੰਗਤਾਂ ਦੇ ਕੋਲ ਪੇਸ਼ ਕੀਤਾ। ਅਸਲ ਇਤਿਹਾਸ, ਨਰੋਲ ਇਤਿਹਾਸ ਜਿਹੜਾ 1701 ਈਸਵੀ ਦਾ, ਕਲਗੀਧਰ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਨੇ ਦੀਵਾਨ ਲੱਗਾ ਹੋਇਆ। ਮੈਂ ਸੰਖੇਪ ਵਿਚਾਰ ਕਰਨਾ ਚਾਹੁੰਦਾ, ਜ਼ਿਆਦਾ ਡਿਟੇਲ ਚ ਨਹੀਂ ਜਾਣਾ। ਔਰ ਖਾਲਸਾ ਜੀ, ਕੇਸਰੀ ਚੰਦ ਰਾਜੇ ਨੇ ਉਹਨਾਂ ਨੇ ਬੜੇ ਯਤਨ ਕੀਤੇ ਕਲਗੀਧਰ ਪਾਤਸ਼ਾਹ ਤੇ ਕਾਬੂ ਪਾਉਣ ਵਾਸਤੇ, ਉਹਨਾਂ ਨੂੰ ਫੜਨ ਵਾਸਤੇ, ਪਰ ਸਾਰੇ ਯਤਨ ਉਹਨਾਂ ਸਰਕਾਰਾਂ ਦੇ ਫੇਲ ਹੋ ਗਏ। ਮੇਰੇ ਕਲਗੀਧਰ ਪਾਤਸ਼ਾਹ ਸਾਰੀਆਂ ਗੱਲਾਂ ਤੋਂ ਪੂਰੇ ਸਨ। ਔਰ ਖਾਲਸਾ ਜੀ, ਇਹਨੇ ਇੱਕ ਦਰਬਾਰ ਲਾਇਆ, ਦਰਬਾਰ ਵਿੱਚ ਆਪਣੇ ਸਾਰੇ ਅਹਿਲਕਾਰ ਸੱਦੇ, ਅਹਿਲਕਾਰਾਂ ਨੂੰ ਬੁਲਾਇਆ ਗਿਆ, ਉਹਨਾਂ ਕੋਲੋਂ ਸਲਾਹ ਲਈ। ਕਹਿਣ ਲੱਗੇ ਕੋਈ ਨਾ ਕੋਈ ਢੰਗ ਤਰੀਕਾ ਬਣਾਇਆ ਜਾਵੇ ਕਿ ਕਲਗੀਧਰ ਪਾਤਸ਼ਾਹ ਤੇ ਕੋਈ ਇਹੋ ਜਿਹੀ ਜੁਗਤ ਬਣਾਈ ਜਾਵੇ, ਉਹਨਾਂ ਨੂੰ ਕਾਬੂ ਕੀਤਾ ਜਾਵੇ। ਖਾਲਸਾ ਜੀ, ਸਾਰਿਆਂ ਨੇ ਨੀਵੀਆਂ ਪਾ ਲਈਆਂ, ਕਹਿੰਦਾ ਹਜੇ ਤੱਕ ਕੋਈ ਕਰ ਨਹੀਂ ਸਕਿਆ, ਕਲਗੀਧਰ ਪਾਤਸ਼ਾਹ ਨੂੰ ਕੋਈ ਕਾਬੂ ਨਹੀਂ ਕਰ ਸਕਦਾ। ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਰਾਜਾ ਜੀ, ਤੁਸੀਂ ਕੋਈ ਸੋਚੋ, ਤੁਸੀਂ ਵਿਚਾਰ ਕਰੋ। ਫਿਰ ਕਹਿੰਦਾ ਮੇਰੇ ਕੋਲ ਇੱਕੋ ਵਿਚਾਰ ਹੈ ਕਿ ਮੇਰੇ ਕੋਲ ਬੜਾ ਸਿਆਣਾ ਹਾਥੀ ਹੈ, ਉਹਨੂੰ ਮੈਂ ਸ਼ਰਾਬ ਪਿਆ ਕੇ ਆਨੰਦਗੜ੍ਹ ਦੇ ਕਿਲੇ ਵੱਲ ਨੂੰ ਛੱਡਾਂਗਾ, ਦਰਵਾਜ਼ਾ ਭੰਨ ਦੇਗਾ। ਖਾਲਸਾ ਜੀ, ਇਹ ਖਬਰ ਸੂਈਆ ਜਿਹੜਾ ਸੀ, ਖਬਰ ਹੀ ਸੀ ਕਲਗੀਧਰ ਪਾਤਸ਼ਾਹ ਦਾ ਲੈ ਕਰਕੇ ਕਲਗੀਧਰ ਪਾਤਸ਼ਾਹ ਦੇ ਕੋਲ ਖਬਰ ਪਹੁੰਚਦਾ ਹੈ, ਜਾ ਕੇ ਲੱਗੇ ਹੋਏ ਦੀਵਾਨ ਵਿੱਚ ਇਹ ਖਬਰ ਦਿੰਦਾ। ਕਹਿਣ ਲੱਗਾ ਪਾਤਸ਼ਾਹ ਜੀ, ਕੇਸਰੀ ਰਾਜੇ ਨੇ ਜਿਹੜਾ ਇੱਕ ਹਾਥੀ ਤਿਆਰ ਕੀਤਾ, ਉਹਨੂੰ ਸ਼ਰਾਬ ਪਿਆ ਕੇ ਆਨੰਦਗੜ੍ਹ ਦੇ ਕਿਲੇ ਨੂੰ ਘੱਲਣਾ ਹੈ, ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਲੱਗੇ ਹੋਏ ਦਰਬਾਰ ਵਿੱਚ ਐਲਾਨ ਕੀਤਾ। ਕਹਿਣ ਲੱਗਾ ਜੇ ਉਹਨਾਂ ਦਾ ਹਾਥੀ ਆ ਰਿਹਾ, ਫਿਰ ਸਾਡੇ ਕੋਲ ਵੀ ਹਾਥੀ ਹੈਗਾ। ਹੁਣ ਖਾਲਸਾ ਜੀ, ਜਿਹੜੇ ਅੰਦਰੋਂ ਕੱਚੇ ਹੋਣ ਉਹ ਕਿੱਥੇ ਕਿਸੇ ਨਾਲ ਲੜ ਸਕਦੇ ਨੇ। ਦੁਨੀ ਚੰਦ ਵੱਲ ਇਸ਼ਾਰਾ ਕੀਤਾ ਗੁਰੂ ਸਾਹਿਬਾਂ ਨੇ, ਕਹਿਣ ਲੱਗੇ ਸਾਡੇ ਕੋਲ ਦੁਨੀ ਚੰਦ ਹਾਥੀ ਹੈ। ਜੇ ਦੁਨੀ ਚੰਦ ਦਾ ਇਤਿਹਾਸ ਪੜਿਆ ਜਾਵੇ ਬੜਾ ਡੂੰਘਾ ਹੈ। ਖੈਰ, ਜਦੋਂ ਕਲਗੀਧਰ ਪਾਤਸ਼ਾਹ ਨੇ ਨਾਂ ਲਿਆ, ਸੰਗਤਾਂ ਵਿੱਚ ਜਕਾਰਿਆਂ ਦੀ ਗੂੰਜ ਉੱਠੀ। ਦੁਨੀ ਚੰਦ ਨੂੰ ਪਤਾ ਲੱਗਾ, ਇਹਨੇ ਵੱਖ ਵੱਖ ਸਿੱਖਾਂ ਕੋਲ ਜਾ ਕੇ ਕਹਿਣ ਲੱਗਾ, ਸਿੰਘਾਂ ਕੋਲ ਵੇਖੋ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮੇਰਾ ਨਾਂ ਲੈ ਦਿੱਤਾ, ਕਦੀ ਬੰਦਾ ਲੜਿਆ ਹਾਥੀ ਦੇ ਨਾਲ, ਮੈਂ ਕਿਵੇਂ ਲੜ ਸਕਦਾ। ਖਾਲਸਾ ਜੀ, ਭਾਈ ਦਇਆ ਸਿੰਘ ਦੇ ਕੋਲ ਗਿਆ। ਦਇਆ ਸਿੰਘ ਕਹਿਣ ਲੱਗਾ, ਵੇਖ ਉਹ ਦੁਨੀ ਚੰਦਾ, ਤੇਰੇ ਵੱਡੇ ਭਾਗ ਨੇ, ਤੇਰੇ ਚੰਗੇ ਕਰਮ ਨੇ ਕਿ ਕਲਗੀਧਰ ਪਾਤਸ਼ਾਹ ਨੇ ਬੈਠੇ ਹੋਏ ਦੀਵਾਨ 'ਚ ਤੇਰਾ ਨਾਂ ਲੈ ਦਿੱਤਾ। ਜਦੋਂ ਭਰੋਸਾ ਹੋਵੇ ਤੇ ਖਾਲਸਾ ਜੀ, ਫਿਰ ਮੇਰੇ ਕਲਗੀਧਰ ਪਾਤਸ਼ਾਹ ਦਾ ਮਗਰ ਹੱਥ ਹੋਵੇ, ਪੂਰਨ ਸਿੰਘ ਹੋਵੇ, ਅੰਦਰੋਂ ਭਾਂਡਾ ਭਰਿਆ ਹੋਵੇ, ਤੇ ਕਦੇ ਡੋਲਦਾ ਨਹੀਂ। ਜੇ ਖਾਲਸਾ ਜੀ, ਇਹ ਗੱਲ ਹੋਈ, ਇਹਨੇ ਆਪਣੇ ਸੱਥੀ ਨੇ ਵਿਚਾਰ ਕੀਤੀ। ਰਾਤ ਦਾ ਸਮਾਂ, ਕਹਿੰਦੇ ਨੇ ਰੱਸਾ ਪਾ ਕੇ ਕੰਧ ਨੂੰ ਆਨੰਦਗੜ੍ਹ ਦੇ ਕਿਲੇ ਦੇ ਵਿੱਚੋਂ ਇਹਨੇ ਛਾਲ ਮਾਰੀ, ਥੱਲੇ ਡਿੱਗਿਆ, ਸਾਥੀਆਂ ਨੂੰ ਨਾਲ ਲੈ ਕੇ ਲੱਤ ਟੁੱਟ ਗਈ, ਆਪਣੇ ਮਜੀਠੇ ਪਿੰਡ ਵਿੱਚ ਗਿਆ, ਇਹਦੀ ਮੌਤ ਹੋ ਗਈ। ਖਾਲਸਾ ਜੀ, ਸੰਗਤਾਂ ਨੇ ਦੱਸਿਆ ਕਿ ਕਲਗੀਧਰ ਪਾਤਸ਼ਾਹ ਮਾਰੇ, ਕਹਿਣ ਲੱਗੇ ਜੀ ਤੁਹਾਡਾ ਦੁਨੀ ਚੰਦ ਤਾਂ ਭੱਜ ਗਿਆ, ਹੁਣ ਉਧਰੋਂ ਸਾਵਲੇ ਜਾ ਸਿੰਗਲ ਜਿਹਾ ਸਰੀਰ ਦਾ ਯੋਧਾ ਮੁਲਤਾਨੀ ਰਠੌੜ। ਖਾਲਸਾ ਜੀ, ਸਾਹਮਣੇ ਆ ਰਿਹਾ ਸੀ, ਮੇਰੇ ਕਲਗੀਧਰ ਪਾਤਸ਼ਾਹ ਨੇ ਆਖਿਆ ਜੇ ਕੋਈ ਨਹੀਂ ਉਹ ਰਸ ਰਖਾਣਾ, ਦੁਨੀ ਚੰਦ ਭੱਜ ਗਿਆ ਤੇ ਫਿਰ ਉਹ ਯੋਧਾ ਆਉਂਦਾ ਪਿਆ ਜੇ, ਇਹ ਅੱਜ ਹਾਥੀ ਦੇ ਨਾਲ ਟੱਕਰ ਲਵੇਗਾ। ਖਾਲਸਾ ਜੀ, ਜਦੋਂ ਯੋਧੇ ਦਾ ਨਾਮ ਬਚਿੱਤਰ ਸਿੰਘ ਕਹਿ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਲਿਆ ਨਾ, ਤੇ ਖਾਲਸਾ ਜੀ ਯੋਧਾ ਜਕਾਰੇ ਛੱਡਦਾ ਹੋਇਆ ਚਾਹ ਦੇ ਨਾਲ
ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਆ ਗਿਆ। ਸੱਚੇ ਪਾਤਸ਼ਾਹ ਨੇ ਦਿੱਤਾ ਹੁਕਮ, ਖਾਲਸਾ ਜੀ ਅੰਮ੍ਰਿਤ ਦੇ ਪਾਣ ਦੀ ਗੱਲ ਕੀਤੀ ਜਾਂਦੀ, ਜਿਹਨੇ ਅੰਮ੍ਰਿਤ ਛਕਿਆ ਹੋਵੇ ਅੰਦਰ ਸ਼ਕਤੀ ਹੋਵੇ। ਖਾਲਸਾ ਜੀ ਕਵੀ ਲਿਖਦਾ ਏ ਕਿ ਇੱਕ ਘੁੱਟ ਕਿਸੀ ਕੇ ਹਲਕ ਸੇ ਉਤਰ ਜਾਵੇ ਤੋ ਮੁਰਦਾ ਵੀ ਸ਼ਮਸ਼ੀਰ ਪਕੜ ਕਰ ਰਣ ਮੈਂ ਉਤਰ ਜਾਵੇ, ਅਗਰ ਇੱਕ ਬੂੰਦ ਕਿਸੀ ਕੀ ਆਖ ਮੈਂ ਸਮਾ ਜਾਏ ਕਿਆ ਜੁਰਤ ਮੌਤ ਕੀ ਉਸ ਕੋ ਡਰਾ ਜਾਏ। ਖਾਲਸਾ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਲਿਆ ਯੋਧੇ ਦਾ ਨਾਂ, ਹੋਈ ਤਿਆਰੀ, ਮੇਰੇ ਕਲਗੀਧਰ ਪਾਤਸ਼ਾਹ ਚਰਨਾਂ 'ਚ ਝੁਕਾ ਕੇ ਬਜਿੱਤਰ ਸਿੰਘ ਨੇ ਸੀਸ, ਖਾਲਸਾ ਜੀ ਫਿਰ ਆਗਿਆ ਲਈ ਮੇਰੇ ਕਲਗੀਧਰ ਪਾਤਸ਼ਾਹ ਤੋਂ। ਮੇਰੇ ਕਲਗੀਧਰ ਪਾਤਸ਼ਾਹ ਨੇ ਦਿੱਤਾ ਇੱਕ ਤੀਰਾਂ ਦਾ ਭੱਥਾ, ਤੀਰ ਕਮਾਨ, ਇੱਕ ਮੇਰੇ ਕਲਗੀਧਰ ਪਾਤਸ਼ਾਹ ਨੇ ਵਲਖਾਂ ਦੀ ਨਾਗਣੀ ਦੇ ਕੇ ਬਜਿੱਤਰ ਸਿੰਘ ਨੂੰ ਹੇ ਕਿਉਂ ਪਏ। ਸ਼ਰਾਬ ਨਾਲ ਕੂਕਦਾ ਅੱਗੇ ਵੱਧਦਾ ਜਾਂਦਾ ਸੀ ਸਿਵਾ ਮੁਰ ਸੂਰ ਮੇ ਬਜਿੱਤਰ ਸਿੰਘ ਸ਼ੇਰ ਨੇ ਬਜਿੱਤਰ ਸਿੰਘ ਸ਼ੇਰ ਨੇ ਹੱਥ ਲਿਆ ਨਾਗਣੀ ਨੂੰ ਪਾ ਉਹਨਾਂ ਛੇੜ ਕੇ ਵਿਰਾਉਂਦੇ ਲਾਲੜੇ ਛਿੜ ਕੇ ਗੁਰਾਂ ਦੇ ਲਾਡਲੇ ਮੱਤ
ਹੱਥਾਂ ਦਾ ਹਾਥੀ ਨਾਲ ਲਿਆ ਸੀ ਲਾ ਮਾਰੀ ਹਾਥੀ ਦੇ ਮੱਥੇ ਵਿੱਚ ਨਾਗੜੀ ਮਾਰਦਾ ਪਛਾਣ ਨੂੰ ਮੁੜ ਗਿਆ ਰਿਹਾ ਆਪਣੀਆਂ ਫੌਜਾਂ ਨੂੰ ਮੁਕਾ ਮੁਰੇ ਹੋ ਕੇ ਹੋ ਮੇਰੀ ਹਾਰੋਏ ਮੁਰੇ ਹੋ ਕੇ ਉਦੇ ਸਿੰਘ ਸ਼ੇਰ ਨੇ ਹੋ ਜਾ ਕੇਸਰੀ ਦੇ ਨਾਲ ਮੱਥਾ ਲਾ ਪੰਛ ਜਿੱਤ ਕੇ ਗੁਰਾਂ ਦੇ ਲੜ ਲੇ ਗੁਰਾਂ ਦੇ ਲੜ ਲੇ ਹੋ ਤਾਂ ਫੇਰੀਆਂ ਚ ਪੜ ਤੂੰ ਪਾ ਯਾਦੁਰ ਪਾ ਜਗ ਰਹਿੰਦੀਆਂ ਹੋ ਮਰਦਾ ਤੇਰੀਆਂ ਜਗ ਵਿੱਚ ਰਹਿੰਦੀਆਂ ਬਚਿੱਤਰ ਸਿੰਘਾਂ ਤੇਰੀਆਂ ਹਾਂ ਜੀ ਹਾਂ ਵਾਰਾਂ ਤੁਰੀਆਂ ਜਾਣ ਮਹਾਨ ਯੋਧਾ ਬਾਬਾ ਬਚਿੱਤਰ ਸਿੰਘ ਨੇ ਹਾਥੀ ਦੇ ਨਾਲ ਮੁਕਾਬਲਾ ਕੀਤਾ। ਇਤਿਹਾਸ ਵਿੱਚ ਲਿਖਿਆ ਕਹਿੰਦੇ ਸੱਤ ਤਵੀਆਂ ਲੋਹੇ ਦੀਆਂ ਹਾਥੀ ਦੇ ਮੱਥੇ ਵਿੱਚ ਮੜੀਆਂ ਹੋਈਆਂ ਸਨ ਤੇ ਇੱਧਰ ਮਿਲੇ ਕਰਗੀਧਰ ਪਾਤਸ਼ਾਹ ਦਾ ਮਗਰ ਹੱਥ ਸੀ ਲਾ ਕੇ ਘੋੜੇ ਨੂੰ ਵੱਡੀ ਖਾਲਸਾ ਜੀ ਚੱਕ ਕੇ ਦੋਵੇਂ ਪੱਬ ਅਗਲੇ ਘੋੜੇ ਦੇ ਖਿੱਚ ਕੇ ਨਾਗਣੀ ਮਾਰੀ ਹਾਥੀ ਦੇ ਮੱਥੇ 'ਚ ਸੱਤ ਦੀਆਂ ਸੱਤ ਤਵੀਆਂ ਪਾਰ ਕਰ ਗਈ। ਇਹ ਆ ਯੋਧਿਆਂ ਦੀ ਮਹਾਨ ਕੁਰਬਾਨੀ ਔਰ ਖਾਲਸਾ ਜੀ ਮਹਾਂਪੁਰਖਾਂ ਨੇ ਜੋ ਲਗਾਤਾਰ ਤੋਂ ਇਹ ਕੁੰਭ ਰਚਿਆ ਅੰਮ੍ਰਿਤ ਦਾ ਰੋਜ਼ਾਨਾ ਹੀ ਆਪ ਇੱਥੇ ਹਾਜ਼ਰੀਆਂ ਭਰ ਰਹੇ ਹੋ ਮਹਾਂਪੁਰਖਾਂ ਦੀ ਇਹ ਜਿਹੜੀ ਵਡਿਆਈ ਸਾਰੀ ਸੰਗਤ ਵਿੱਚ ਵੇਖੋ ਕਿੰਨਾ ਸੰਗਤਾਂ ਦਾ ਇਕੱਠ ਲਗਾਤਾਰ ਹੀ ਚੱਲ ਰਿਹਾ ਉਹ ਲਾਈਵ ਪ੍ਰੋਗਰਾਮ ਦਿਖਾਇਆ ਜਾ ਰਿਹਾ। ਖਾਲਸਾ ਜੀ ਇੰਨਾ ਸੰਗਤ ਪਿਆਰ ਕਰਦੀ ਹੈ ਮਹਾਨ ਸ਼ਹੀਦਾਂ ਦੀ ਇਸ ਧਰਤੀ ਨੂੰ ਔਰ ਮਹਾਂਪੁਰਖਾਂ ਦੀ ਇਸ ਟਕਸਾਲ ਦੇ ਵਿੱਚੋਂ ਇਸ ਵਿਦਿਆਲੇ ਦੇ ਵਿੱਚੋਂ ਆ ਮੇਰੇ ਵੀਰ ਬੜੇ ਬੜੇ ਵਿਦਵਾਨ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਮਹਾਂਪੁਰਖਾਂ ਨੇ ਤਿਆਰ ਕੀਤੇ ਨੇ। ਇਹ ਬੜੀ ਵੱਡੀ ਸਿੱਖ ਕੌਮ ਦੀ ਸੇਵਾ ਹੈ ਖਾਲਸਾ ਜੀ। ਅੱਜ ਕੱਲ੍ਹ ਤਾਂ ਮਾਤਾ ਪਿਤਾ ਤੋਂ ਆਪਣਾ ਬੱਚਾ ਨਹੀਂ ਸੰਭਾਲਿਆ ਜਾਂਦਾ ਉਹ ਸਿੱਖੀ ਵੱਲ ਨਹੀਂ ਤੋਰ ਸਕਦਾ ਤੇ ਮਹਾਂਪੁਰਖਾਂ ਦੀ ਐਡੀ ਵੱਡੀ ਵਡਿਆਈ ਹੈ
ਕਿ ਜਿਹੜਾ ਉਹਨਾਂ ਦੇ ਇਸ ਵਿਦਿਆਲੇ ਵਿੱਚ ਆ ਜਾਂਦਾ, ਇੱਥੇ ਆ ਜਾਂਦਾ, ਉਹਨੂੰ ਗੁਰਸਿੱਖ ਬਣਾ ਕੇ, ਗੁਰਮੁਖ ਬਣਾ ਕੇ ਤੋਰਦੇ ਨੇ, ਫਿਰ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਖਾਲਸਾ ਜੀ ਸਿੱਖ ਧਰਮ ਦੀ ਸੰਗਤ ਦੀ ਸੇਵਾ ਕਰਕੇ ਲਾਹਾ ਕੱਢਦੇ ਨੇ। ਕੋਟ ਕੋਟਾਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਬਹੁਤ ਬਹੁਤ ਧੰਨਵਾਦ ਮਹਾਂਪੁਰਖਾਂ ਦਾ, ਮੇਰੇ ਵੱਡੇ ਵੀਰ ਭਾਈ ਆਤਮਾ ਸਿੰਘ ਜੀ ਸਟੇਜ ਸੈਕਟਰੀ ਕਥਾ ਵਾਚਕ, ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ ਹੈ। ਇਤਿਹਾਸ ਦੀਆਂ ਗੱਲਾਂ ਬਣੀਆਂ ਗਹਿਰਾਈ ਵਾਲੀਆਂ ਡੂੰਘੀਆਂ ਨੇ, ਇਹਦੇ ਵਾਸਤੇ ਸਮਾਂ ਚਾਹੀਦਾ। ਦਾਸ ਕੋਲੋਂ ਵਿਚਾਰ ਕਰਦਿਆਂ ਤੋਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ, ਸਤਿਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਜੀ, ਆਓ ਦਾਸ ਦੀ ਹਾਜ਼ਰੀ ਕਰੋ ਪ੍ਰਵਾਨ, ਦੋਵੇਂ ਹੱਥ ਜੋੜ ਕੇ ਬੁਲਾਓ ਫਤਿਹ ਦਿਓ ਆਗਿਆ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।